ਇੱਕ ਵਿਗਿਆਨੀ ਦੇ ਰੂਪ ਵਿੱਚ ਇੱਕ ਵਿਗਿਆਨਿਕ ਵਜੋਂ ਡਾਕਟਰ ਕਲਾਮ ਦਾ ਜੀਵਨ ਬੜਾ ਸੰਘਰਸ਼ ਭਰਿਆ ਰਿਹਾ। 1955 ਈਸਵੀ ਵਿੱਚ ਉਹ ਪੁਲਾੜ ਵਿੱਦਿਆ ਲਈ ਮਦਰਾਸ ਇੰਸਟੀਟਿਊਟ ਆਫ ਟੈਕਨੋਲੋਜੀ ਵਿੱਚ ਦਾਖਲ ਹੋ ਗਏ। ਉਹ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਦਾ ਪਾਇਲਟ ਬਣਨ ਵਾਲੇ ਆਪਣੇ ਸੁਪਨੇ ਤੋਂ ਖੁੰਝ ਗਏ ਕਿ ਉਹਨਾਂ ਦਾ ਸੁਪਨਾ ਸੀ, ਉਹਨਾਂ ਦਾ ਡ੍ਰੀਮ ਸੀ ਕਿ ਉਹ ਭਾਰਤੀ ਫੌਜੀ ਜਹਾਜ਼ ਦਾ ਪਾਇਲਟ ਬਣਨ। ਪਰ ਕਿਸੇ ਕਾਰਨ ਉਹ ਆਪਣਾ ਇਹ ਸੁਪਨਾ ਪੂਰਾ ਨਹੀਂ ਕਰ ਸਕੇ। 1960 ਵਿੱਚ ਡਾਕਟਰ ਕਲਾਮ ਬਤੌਰ ਵਿਗਿਆਨੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ, ਸ਼ੋਰਟ ਫੋਰਮ ਹੈ DRDO, ਜਿਹਦਾ ਮਤਲਬ ਹੈ ਡਿਫੈਂਸ ਰਿਸਰਚ ਡਿਵੈਲਪਮੈਂਟ ਔਰਗੇਨਾਈਜੇਸ਼ਨ ਵਿੱਚ ਦਾਖਲ ਹੋ ਗਏ। ਪੇਸ਼ੇਵਰ ਜੀਵਨ ਦੀ ਸ਼ੁਰੂਆਤ, ਪੇਸ਼ੇਵਰ ਮਤਲਬ ਪ੍ਰੋਫੈਸ਼ਨਲ ਜੀਵਨ ਦੀ ਸ਼ੁਰੂਆਤ ਉਹਨਾਂ ਨੇ ਕਿੱਥੋਂ ਕੀਤੀ? ਉਹਨਾਂ ਦੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਇੱਕ ਛੋਟੇ ਹੈਵਰਕ੍ਰਾਫਟ, ਹੈਵਰਕ੍ਰਾਫਟ ਹੁੰਦਾ ਹੈ ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਜਹਾਜ਼, ਉਹਦਾ ਨਿਰਮਾਣ ਕਰਕੇ ਹੋਈ। ਹੈਵਰਕ੍ਰਾਫਟ ਬਣਾਇਆ ਤਾਂ ਉਹਦੇ ਕਰਕੇ ਇਹਨਾਂ ਦੇ ਜਿਹੜੀ ਪ੍ਰੋਫੈਸ਼ਨਲ ਜੀਵਨ ਸੀ ਉਹਦੀ ਸ਼ੁਰੂਆਤ ਹੋਈ। ਪਰ ਉਹ ਆਪਣੀ ਨੌਕਰੀ ਦੀ ਚੋਣ ਤੋਂ ਸੰਤੁਸ਼ਟ ਨਹੀਂ ਸੀ, ਉਹ ਆਪਣੀ ਇਸ ਨੌਕਰੀ ਤੋਂ ਸੈਟਿਸਫਾਈ ਨਹੀਂ ਸੀ। ਇਸ ਪਿੱਛੋਂ ਉਹ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਵਿੱਚ ਪਹਿਲੇ ਭਾਰਤੀ ਲਾਂਚ ਵਹੀਕਲ SLV-111 ਦੇ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਹੋ ਗਏ। ਇੱਕ ਰਾਸ਼ਟਰੀ ਹੀਰੋ ਦੇ ਰੂਪ ਵਿੱਚ 1982 ਵਿੱਚ ਉਹਨਾਂ ਬਤੌਰ ਡਾਇਰੈਕਟਰ DRDO ਵਿੱਚ ਵਾਪਸ ਆ ਕੇ ਸੰਗਠਿਤ ਨਿਰਦੇਸ਼ਕ ਮਿਸਾਈਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 1992 ਈਸਵੀ ਵਿੱਚ ਉਹ ਭਾਰਤੀ ਰੱਖਿਆ ਮੰਤਰੀ ਦੇ ਸੀਨੀਅਰ ਵਿਗਿਆਨਿਕ ਸਲਾਹਕਾਰ ਬਣੇ ਅਤੇ ਮਈ 1998 ਵਿੱਚ ਪੋਖਰਨ 2 ਪਰਖਾਂ, ਜਿਨ੍ਹਾਂ ਵਿੱਚ 5 ਪਰਮਾਣੂ ਯੰਤਰਾਂ ਦਾ ਵਿਸਫੋਟ ਕੀਤਾ ਗਿਆ ਸੀ, ਵਿੱਚ ਡਾਕਟਰ ਕਮਾਲ ਦੀ ਖਾਸ ਭੂਮਿਕਾ ਸੀ। ਤਾਂ ਇਸ ਸਭ ਵਿੱਚ ਡਾਕਟਰ ਕਲਾਮ ਨੇ ਖਾਸ ਭੂਮਿਕਾ ਨਿਭਾਈ ਸੀ। ਇਹਨਾਂ ਪਰਖਾਂ ਦੀ ਦੁਨੀਆ ਦੀਆਂ ਹੋਰਨਾਂ ਤਾਕਤਾਂ ਨੇ ਨੁਕਤਾਚੀਨੀ ਕਰਦਿਆਂ ਪਾਬੰਦੀ ਲਗਾ ਦਿੱਤੀ ਅਤੇ ਜਿਹੜੇ ਇਹਨਾਂ ਨੇ ਐਕਸਪੈਰੀਮੈਂਟ ਕੀਤੇ ਸੀ ਭਾਰਤੀ ਦੀਆਂ ਦੁਨੀਆ ਦੀਆਂ ਹੋਰ ਤਾਕਤਾਂ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ, ਉਹਦੀ ਨੁਕਤਾਚੀਨੀ ਕੀਤੀ ਅਤੇ ਉਹਦੇ 'ਤੇ ਪਾਬੰਦੀਆਂ ਲਗਾ ਦਿੱਤੀਆਂ।